ਪੰਜਾਬ 'ਚ ਬਿਜਲੀ ਦੀ ਘਾਟ ਦੀ ਦਿੱਕਤ ਬਹੁਤ ਸਮੇਂ ਤੋਂ ਹੈ ਜਿਸ ਕਰਕੇ ਪਿੰਡਾਂ 'ਚ ਰਹਿਣ ਵਾਲੇ ਆਮ ਲੋਕਾਂ ਦੇ ਨਾਲ ਹੀ ਕਿਸਾਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਸਲਾਂ ਦੇ ਸਮੇਂ ਕੁਝ ਘੰਟੇ ਦੀ ਦਿੱਤੀ ਜਾਣ ਵਾਲੀ ਬਿਜਲੀ ਨਾਲ ਖੇਤਾਂ ਨੂੰ ਪਾਣੀ ਲਾਉਣ ਦੀ ਪਰੇਸ਼ਾਨੀ ਦਾ ਸਾਹਮਣਾ ਕਿਸਾਨਾਂ ਨੂੰ ਹਮੇਸ਼ਾ ਤੋਂ ਹੀ ਕਰਨਾ ਪਿਆ ਹੈ ਤੇ ਇਹੋ ਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਸ਼ਾਇਦ ਕਿਸਾਨ ਨੇ ਇਸ ਪਰੇਸ਼ਾਨੀ ਤੋਂ ਤੰਗ ਆ ਕੇ 11000 ਵੋਲਟ ਦੀ ਤਾਰ ਨੂੰ ਕੁੰਡੀ ਪਾ ਆਪਣੀ ਮੋਟਰ ਤੇ ਹੀ ਟਰਾਂਸਫਾਰਮਰ ਰੱਖ ਲਿਆ। ਨਜ਼ਰ ਮਾਰਦੇ ਹਾਂ ਵੀਡੀਓ ਤੇ। ਕਰ ਲਈ ਸਟਾਰਟ ਵੀਡੀਓ। ਵਾਹ ਜੀ ਵਾਹ ਯਾਰ, ਲੋਕ ਡਰਦੇ ਨੀ ਹਨਾ, 11 KV ਤੇ ਸਿੱਧੀਆਂ ਕੋਟੀਆਂ ਡੰਡਿਆਂ ਨਾਲ ਬੰਨ ਕੇ। ਹਾਂ ਮੋਟਰ ਹੀ ਆ ਜੀ। ਟ੍ਰਾਂਸਫਰ ਮੰਦਰ ਆ ਇਹਦੇ ਦੀਪੇ ਅੰਦਰ ਆ ਜੀ, ਲੋਕ ਲੱਗਿਆ ਕੋਠੀ ਨੂੰ ਇਹ ਚ ਟ੍ਰਾਂਸਫਰ। ਹਾਂ ਹਾਂ ਬਾਈ ਪਤਾ ਸਾਨੂੰ ਸਿਲੰਡਰ ਵਾਲੀ ਪੈਪ ਵੇਚਦੀ ਨਗਾਈ ਵੇ 11 KV ਸਿਲੰਡਰ ਵਾਲੀ ਪੈਪ ਨੀ ਹੁੰਦੀ ਉਹਦੇ ਵੇਚਦੀ ਸਿੰਗਲ ਕੋਰ ਨਗਾ ਕੇ ਅੰਦਰ ਵਾਲੀ ਵੀ ਕੋਠੀ ਦੇ। ਆਹ ਦੇਖੋ ਗੱਲ ਸੁਣੀ, ਓਹੋ ਇਹਦਾ ਕੋਈ ਅਤਾ ਪਤਾ ਕੀ ਬਾਈ ਜੀ, ਪਤਾ ਤੁਹਾਨੂੰ ਕੋਈ ਧੁਰਕੋਟ ਦੇ ਹੈ ਜੀ ਸਰ? ਨਾਂ ਕੀ ਆ? ਕੁਛ ਨੀ ਦੱਸਣਾ ਸੀਕ੍ਰੇਟ। ਕਾਲੀ ਚ ਫੇਰ ਰਹੇਗਾ ਥੋੜਾ, ਕਾਲੀ ਚ ਰਹੇਗਾ ਥੋੜਾ। ਹੈਗਾ ਦੀਪਾ ਚੜ ਗਿਆ ਵਾ ਸੰਤ ਕੋਈ ਨਾ ਸਾਰੇ ਬੰਦੇ ਪੂਰੇ ਦਿਨ